आज सीधा आया ते ना मुड़ मीधा आया। ये अल्लाह जाने के एक रेंदे रेंदे घर बह के ओ खुदा दे बंदे नु समझाया भई अजे काम ना कीता करो जे करो तुहाडी बेइज्जती होवे मुड़ मुड़ साडी ते उन्हें सुनने ही जे कोई नहीं अल्लाह करे के हाल है जी ठीक हो खरी होते हैं सुना ओ खैर ओ बहु यारा बहु मैं घंटा हो गया इत बह के तुहाडा इंतजार पे करदा तुसी चंगे बंदे हो ए बह गया और जी खैर खरी होते शुक्र है अल्लाह दा ओ खैर खरी होते शुक्र है अल्लाह पाक दा खैर खरीयत है खैर खरी शुक्र अल्लाह पाक दा ओ मैं आके घरों को झगड़ा झगड़ा तो नहीं हो गया ओ नहीं जी झगड़ा के होना जी करे ले मैं बस जड़ा ना तंग कीते हो हां महा ओ तो तंग ते करना है मोड़ काम तुसी कोई नो कर दे जो भेड़े काम मन तुसी कर दे ते फिर घर वाले हुन किदे जावन के काम करिए असी तुसा पता जड़ा ना ओ खुदा दे फिरना टोड़ना नहीं जरा मोरे तो काम करिए असी ओ काम ते तुसी कर तोड़ लेवी है ना जरा थोड़ा जा कोई चार दड़े हैं जिंदगी को फिर तोड़ लेवी है काम सारी जिंदगी काम ही होंदा रहंदा ओहो काम ते होंदे रहंदे लेकिन ए तुम्हारी उम्र एक काम करण दी जे है तू मोड़ तुसी काम ना करे सो ते मोड़ ते फिर काम गलत हो भाई सी हुन जेड़ा काम तुसी करदे हो लामत घर आउंदा है ना ते घर वाले किदे जावन मोड़ करने जी करने काम इंशाल्लाह अरे केड़ा साडी उम्र गुजर गई अरे हुन जवान होए हां ते सारी जिंदगी आले पीछे पई है ओ जवानी दी गल नहीं है गल मोड़ काम करण दी है नहीं काम तो खुदा दे बंदा इतनी महंगाई है एक बंदे का कितना खर्चा घर का पता ही बड़ा औखा हुंदा है खर्चा च एक तेरी बड़की दी पेंशन है उस पेंशन च कितना एक गुजारा होवे ए बड़ा औखा हुंदा ओ ले ओ सीधा भी पिया जांदा मेरा लकाम ते झुले यो तक हां ए चंगा अच्छा बच्चा हो गया ਇਹਨੂੰ ਮੈਂ ਕੱਲ ਸਮਝਾਇਆ ਅੱਲਾ ਕੀਤਾ ਇਹ ਲੈਣ ਤੇ ਟੁਰ ਪਿਆ ਟੁਰ ਪਿਆ ਟੁਰ ਪਿਆ ਤੇ ਤੁਸੀਂ ਵੀ ਮੇਰਾ ਬਾਬੂ ਕੰਮ ਕਰੋ ਮਸਲਾ ਹੀ ਨਹੀਂ ਮੇਰਾ ਇਨਸ਼ਾਅੱਲਾ ਸਾਰਾ ਅਸੀਂ ਬਿਰਾਮ ਆ ਤੁਹਾਡੇ ਵੱਡੇ ਸਾਡਾ ਕੰਮ ਹੈ ਤੁਹਾਨੂੰ ਸਮਝਾਉਣਾ ਇਨਸ਼ਾਅੱਲਾ ਹੁਣ ਅਸਾਂ ਕੰਮ ਸ਼ੁਰੂ ਕਰਨ ਲੱਗੇ ਆ ਆਪਣਾ ਪ੍ਰਾਪਰਟੀ ਦਾ ਉਹ ਇਹ ਤੇ ਬੜੀ ਚੰਗੀ ਗੱਲ ਹੈ ਮੋੜ ਕੋ ਪ੍ਰਾਪਰਟੀ ਦਾ ਵੀ ਨਾ ਰੈਂਟ ਕਾਰ ਸ਼ਾਰ ਕੋ ਗੜੀਆਂ ਛੜੀਆਂ ਅੱਗੇ ਪਿੱਛੇ ਇਹ ਗੱਲ ਠੀਕ ਹੈ ਇਨਸ਼ਾਅੱਲਾ ਲੇਕਿਨ ਇੱਕ ਮੇਰੀ ਗੱਲ ਯਾਦ ਰੱਖਿਆ ਹੈ ਇਹ ਕੰਮਾਂ ਵਿੱਚ ਫਰਾਡ ਬੜੇ ਹੁੰਦੇ ਨੇ ਤੇ ਕਿਸੇ ਗਰੀਬ ਨੂੰ ਨਾ ਲੁੱਟ ਲਿਆ ਹੈ ਜੇ ਹੋਰ ਮੋੜ ਬਦਵਾਮੀਆਂ ਪੈਣ ਤੇ ਬਿਲਕੁਲ ਸਤਿਆਨਾਸ਼ ਹੋ ਵੈ ਸੀ ਨੇ ਕਿਸੇ ਬੰਦੇ ਨੂੰ ਨਾ ਲੁੱਟਦੇ ਇਨਸ਼ਾਅੱਲਾ ਖੈਰ ਮੈਂ ਮੋੜਾਂ ਨਾ 5 ਮਿੰਟਾਂ ਚ ਉਹ ਚਾਚਾ ਪਿਆ ਹੁੰਦਾ ਉਹਨੂੰ ਹੀ ਖਿਲਾ ਕੇ 2 ਮਿੰਟ ਕੋ ਗੱਪਾਂ ਲਾ ਲੈ ਫਿਰ ਮੈਂ ਹੁੰਨਾ ਵਾਲੇਕੁਮ ਸਲਾਮ ਜੀ ਚਾਚਾ ਕਾ ਹਾਲ ਨੇ ਠੀਕ ਹੈ ਬੱਚਾ ਆਪ ਸੁਣਾ ਠੀਕ ਠਾਕ ਸ਼ੁਕਰ ਅੱਲਾ ਨਾ ਜੰਗੀਰ ਕਿਦਾ ਗਿਆ ਉਹ ਜੰਗੀਰ ਭਾ ਕੇ ਜਣੇ ਮੈਂ ਆਨਾ ਤੇ ਮੁੜ ਘਰ ਤੱਕ ਵਾਪਸ ਆਇਆ ਹੀ ਨਹੀਂ कोई नहीं घर आले लामा लाए के मेरे घर आ जाने गल चंगी तो नहीं यार तेरे को शिकायत ਬਈ ਇਹ ਬਾਜ਼ ਨਹੀਂ ਆਉਂਦਾ ਇਹ ਜੋ ਮਰਜ਼ੀ ਆਉਂ ਜਾ ਸ਼ਰਾਰਤਾਂ ਕਰਨੀਆਂ ਤੇ ਤੇਰੇ ਕੋਲ ਆਣ ਕੇ ਬੰਦਾ ਵੈ ਤੇ ਤੂੰ ਵੱਡਾ ਤੇ ਤੈਨੂੰ ਹੀ ਆਖਣਾ ਨੇ ਵੀ ਇਸ ਨੂੰ ਸਮਝਾ ਉਹ ਨਹੀਂ ਨਾ ਚਾਚਾ ਜੀ ਹੁਣ ਗੱਲ ਇਹ ਵੇ ਬਈ ਜਿਹੜੀਆਂ ਸ਼ਰਾਰਤਾਂ ਤੁਸੀਂ ਕਰਦੇ ਰਹੇ ਹੋ ਯਾਰ ਫਿਰ ਸ਼ਰਾਰਤਾਂ ਮੈਂ ਗੱਲ ਹੋਰ ਕਰਦਾ ਪਿਆ ਤੂੰ ਮੇਰੇ ਪਾਸੇ ਫਿਰ ਮੈਂ ਸਾਰੇ ਕੰਮ ਛੋੜ ਦਿੱਤਾ ਸਾਰੀਆਂ ਇਹਦੇ ਵਿੱਚ ਵੜੀਆਂ ਖੜੋ ਮੈਂ ਸਾਰੇ ਕੰਮ ਛੋੜ ਦਿੱਤੇ ਨੇ ਮੈਂ ਵੇਖ ਲੈ ਪਟਕਾ ਛਟਕਾ ਬੰਨ ਕੇ ਮੈਂ ਹੁਣ 5 ਵਕਤ ਨਮਾਜ਼ੀ ਹੋ ਗਿਆ ਮੈਂ ਸਾਰੇ ਕੰਮ ਛੋੜ ਦਿੱਤੇ ਵਾ 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 ਬੜੀ ਚੰਗੀ ਗੱਲ ਹੈ ਉਹ ਮਸਜਿਦ ਤੇ ਜਾਂਦੇ ਹੋ ਤੁਸੀਂ ਪਰ ਇਹਨੂੰ ਵੀ ਥੋੜਾ ਸਮਝਾਓ ਨਾ ਚਾ ਇਹਨੂੰ ਇਹ ਤੇਰੇ ਕੋਲ ਤੁਹਾਡੇ ਕੋਲ ਹੀ ਬੈਂਦਾ ਤੇ ਸਾਰੀਆਂ ਸ਼ਰਾਰਤਾਂ ਵੀ ਕਰੇਂਦਾ ਇਹ ਤੇਰੇ ਕੋਲ ਚੰਗੀ ਤਰ੍ਹਾਂ ਨਹੀਂ ਤੇਰਾ ਕੰਮ ਐ ਇਸ ਨੂੰ ਸਮਝਾਣਾ ਨਾ ਉਹ ਮੈਂ ਤੇ ਸਮਝਾ ਕੇ ਮੋੜ ਥੱਕ ਪਿਆ ਹੁਣ ਮੇਰੇ ਤੇ ਹੱਥ ਜੋੜ ਗਏ ਨੇ ਸਕੇ ਜਾਂ ਤੇ ਮੈਂ ਇਹਦੀ ਸੰਗਤ ਹੀ ਛੱਡ ਛੱਡ ਸਾਂ ਤੇ ਮੈਂ ਮੋੜੋ ਬਸ ਇਸ ਪਿੰਡ ਚੋਂ ਹੀ ਲੱਗ ਵਈ ਅੱਛਾ ਹਾਂ ਮੇਰੀ ਗੱਲ ਹੋਈ ਇਸ ਨਾਲ ਉਹ ਆਖਿਆ ਦੇ ਕੰਮ ਨਹੀਂ ਕਰਦਾ ਮੈਂ ਆਖਿਆ ਮੈਂ ਕੰਮ ਹੋਰ ਲੱਭ ਲਿਆ ਉਹਦੇ ਕੰਮ ਅਸੀਂ ਸ਼ੁਰੂ ਕਰਨ ਲੱਗੇ ਹਾਂ ਆਪਣਾ अगले दिन तू कह मुड़ बुजुर्ग बंदा बेचारा लगा वाइंदा पिया ਇਸ ਮੋੜ ਮੋਟਰਸਾਈਕਲ ਉਹਦੇ ਟੰਗਾਂ ਵਿੱਚ ਮਾਰਿਆ
ਉਹਦੀ ਤੇ ਇੱਕ ਟੰਗ ਤੇ ਬਾਹ ਜੜੀ ਹੈ ਭੱਜ ਗਈ ਹੈ ਹੁਣ ਉਹ ਤਾਂ ਕੌਣ ਜਵਾਬਦਾਰ ਹੈ ਅਗਲਿਆਂ ਦਾ ਪਰਚਾ ਕਰਾ ਦੇਣਾ ਹੀ ਬਚ ਗਿਆ ਮੋਟਰਸਾਈਕਲ ਦੀ ਜਾ ਹੋਰ ਕੋਈ ਨਹੀਂ ਤੇ ਮੈਂ ਬੁੱਢੇ ਵਿੱਚ ਹੀ ਤੁਰਨਾ ਹੀ ਹੋਰ ਕੁਦਰ ਖੜਨਾ ਹੀ ਇਸ ਵਜ੍ਹਾ ਤੋਂ ਬੁੱਢੇ ਵਿੱਚ ਲੱਗ ਗਿਆ ਕੋਈ ਨਹੀਂ ਤੂੰ ਮੇਰੇ ਬਿਰਾਉ ਨਾ ਸੁਣ ਨਾ ਤੂੰ ਫੇਲ ਹੈ ਹੁਣ ਮੇਰੀ ਗੱਲ ਸੁਣ ਜੀ ਜੀ ਇਹ ਹੁਣ ਬੰਦਾ ਤੇਰੇ ਕੋਲ ਠੀਕ ਹੈ ਇਸ ਨੂੰ ਸਮਝਾ ਬਈ ਇਹ ਸ਼ਰਾਰਤਾਂ ਤਾਂ ਪਹਿਲਾਂ ਹੀ ਕਰਦਾ ਪਿਆ ਠੀਕ ਹੋ ਗਿਆ ਕੱਲ ਤੇਰਾ ਹੀ ਮਕਾਨ ਵਿਖਾ ਕੇ ਆਖੋ ਸੀ ਇਹ ਮਕਾਨ ਮੇਰਾ ਮੈਂ ਵੇਚ ਦਿੱਤਾ ਫਿਰ ਕਿਉਂ ਸੀ ਇੰਜ ਤਾਂ ਨਹੀਂ ਹੁੰਦਾ ਨਾ ਮੁੜੇ ਫਰਾਡ ਤਾਂ ਨਾ ਨਾ ਉਹ ਨਹੀਂ ਇੰਜ ਨਹੀਂ ਨਾ ਹੁੰਦਾ ਇਹਨੂੰ ਤੁਸੀਂ ਸਮਝਾਉਣਾ ਤੁਸੀਂ ਵੱਡੇ ਬੰਦੇ ਹੋ ਮੇਰੀ ਇਹ ਸੁਣਦਾ ਕੋਈ ਨਹੀਂ ਹੁਣ ਮੈਂ ਮੁੜ ਕਿੱਦੇ ਜਾਵਾਂ ਮੈਂ ਸਮਝਾ ਸਮਝਾ ਕੇ ਇਹਨੂੰ ਮੈਂ ਨਾ ਸਮਝ ਹੋ ਗਿਆ ਮੈਂ ਇਸ ਨੂੰ ਸਮਝਾਉਣਾ ਆਦਾ ਠੀਕ ਹੈ ਚਾਚਾ ਫਿਰ ਜਦੋਂ ਕੰਡ ਕਰਨੇ ਮੁੜ ਕੇ ਫਿਰ ਉਹ ਸ਼ਰਾਰਤਾਂ ਸ਼ੁਰੂ ਕਰ ਦਿੰਦਾ ਬਸ ਠੀਕ ਹੈ ਫਿਰ ਅੱਜ ਤੋਂ ਬਾਅਦ ਜਿਹੜਾ ਨਾ ਇਹਦੇ ਨਾਲ ਫਿਰ ਸਾਂ ਨਾ ਇਹਦੇ ਕੋਲ ਬਹੁਸਾਂ ਨਾ ਇਹਦੇ ਨਾਲ ਖਾਸਾਂ ਨਾ ਇਹਦੇ ਨਾਲ ਪੀਸਾਂ ਮੁੜ ਮੈਂ ਹੁਣ ਜਿਹੜਾ ਮੇਰੇ ਹੱਥ ਭੱਜ ਗਏ ਤੁਹਾਡੇ ਅੱਗੇ ਮੈਂ ਹੁਣ ਅੱਜ ਤੋਂ ਬਾਅਦ ਤੁਹਾਡੀ ਮਹਿਫਲ ਕਰਨੀ ਕੋਈ ਹੱਥ ਭੱਜਣਾ ਉਹ ਨਹੀਂ ਅਸੀਂ ਤੇ ਬਹੁਤ ਚਾਰੇ ਦਾੜੀ ਵਾਲਾ ਅਸੀਂ ਹੁਣ ਇਹਨਾਂ ਕੋਲ ਪਾਉਣਾ ਹੀ ਕੋਈ ਨਹੀਂ ਅਸੀਂ ਚਾਰੇ ਦਾੜੀ ਵਾਲਾ ਅਸੀਂ ਹੁਣ ਇਕੱਲੇ ਇਹ ਸਾਡੀ ਕੰਮ ਸਾਡਾ ਵੀ ਬੇਇੱਜ਼ਤੀ ਕਰਾਚੀ ਮੁੜ ਸਾਡੀ ਛੱਡ ਤੇ ਸਾਰੇ ਕੰਮ ਉਹ ਤਾਂ ਨਾਰਾਜ਼ ਹੋ ਗਏ ਨੀ ਯਾਰ ਹੁਣ ਤਾਂ ਇਹ ਕੰਮ ਅੱਜ ਤੋਂ ਬਾਅਦ ਬਿਲਕੁਲ ਛੱਡ ਤੇ ਨਾ ਕਿਸੇ ਤੰਗ ਕਰਨਾ ਨਾ ਕਿਸੇ ਦੇ ਮਸਲਾ ਪਰੇਸ਼ਾਨੀ ਸਾਰੇ ਕੰਮ ਛੱਡ ਤੇ ਕੋਈ ਮਸਤੀ ਨਹੀਂ ਕਰਨੀ ਅੱਜ ਤੋਂ ਬਾਅਦ ਛੁੱਟੀ ਬਿਲਕੁਲ ਖਤਮ ਅੱਜ ਤੋਂ ਬਾਅਦ ਸਾਹਿਬ ਪਾਕ ਮੈਂ ਜੁਲਣਾ ਹੀ ਬਾਹਰ।